ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਗੁੱਡ ਮੋਰਨਿੰਗ। ਦੇਖੋ ਸਵੇਰ ਪਿੰਡ ਦੀ ਸਵੇਰ ਦਾ ਮੁਕਾਬਲਾ ਨਹੀਂ ਕੋਈ ਯਾਰ, ਭਾਵੇਂ ਦੀ ਕਨੇਡਾ ਅਮਰੀਕਾ ਚੱਲ ਜਾਓ, ਪੰਜਾਬ ਦੀ ਜਿਹੜੀ ਸਵੇਰ ਹੈ ਨਾ, ਅਤੇ ਪੰਜਾਬ ਦੀ ਸਵੇਰ ਹੀ ਆ। ਅਤੇ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ। ਅੱਜ ਵੈਸੇ ਆਪਾਂ 5-7 ਮਿੰਟ ਲੇਟ ਹਾਂ, ਕਿਉਂਕਿ ਸਵੇਰੇ ਸਵੇਰੇ ਉਠਾਉਣਾ ਬਹੁਤ ਔਖਾ ਆਪਣੇ ਆਪ ਨੂੰ। ਸਭ ਤੋਂ ਔਖਾ ਕੰਮ ਸਿਰਫ ਆਪਣੇ ਆਪ ਨੂੰ ਉਠਾਉਣਾ, ਕੋਈ ਐਕਸਰਸਾਈਜ਼ ਨਹੀਂ ਔਖੀ, ਕੁਛ ਨਹੀਂ ਔਖਾ ਹੁੰਦਾ, ਬਸ ਸਿਰਫ ਆਪਣੇ ਆਪ ਨੂੰ ਉਠਾਉਣਾ ਔਖਾ। ਬਾਹਰ ਵੀ ਮੇਰਾ ਇਹੀ ਹੁੰਦਾ ਸੀਗਾ, ਕੰਮ 'ਤੇ ਜਾਣਾ, ਅਤੇ ਕੰਮ 'ਤੇ ਮੈਂ ਜਾਂਦਾ ਸੀ 7 ਵਜੇ ਪਹੁੰਚਣਾ ਹੁੰਦਾ ਸੀਗਾ, ਅਤੇ ਮੈਂ 6:30 ਉੱਠਦਾ ਸੀਗਾ। 3-4 ਅਲਾਰਮ ਲਾਏ ਹੁੰਦੇ ਸੀਗੇ, ਕਿਉਂਕਿ ਰਾਤ ਨੂੰ 12:30 1 ਵੱਜ ਜਾਂਦਾ ਸੀ ਸੌਂਦਿਆਂ ਨੂੰ, ਦੂਜੇ ਕੰਮ ਤੋਂ ਆਉਂਦਿਆਂ ਨੂੰ, ਹੈ ਨਾ। ਅਤੇ 12:30-1 ਵਜੇ ਸੌਂ ਕੇ 6:30 ਵਜੇ ਉੱਠਣਾ ਹੈਗਾ ਤਾਂ ਔਖਾ ਹੀ ਆ ਡੇਲੀ ਲਗਾਤਾਰ, ਜਿਹੜਾ ਬੰਦਾ ਹੈ ਨਾ ਐਂ ਕਰਦਾ, ਕਿਉਂਕਿ ਬਾਹਰ ਆ ਜਿਹੜੇ ਉਹ ਸਾਰਿਆਂ ਦਾ ਆਈ ਆ, ਕਿਉਂਕਿ ਨੀਂਦ ਹੀ ਨਹੀਂ ਪੂਰੀ ਹੁੰਦੀ। ਅਤੇ ਪਰ ਉੱਠਣਾ ਪੈਂਦਾ ਸੀਗਾ, ਕਿਉਂਕਿ ਉੱਥੇ ਮਜਬੂਰੀਆਂ ਵੀ ਅਲਾਰਮ ਬਣ ਜਾਂਦੀਆਂ, ਅਤੇ ਪਰ ਫਿਰ ਵੀ 4-5 ਅਲਾਰਮ ਲਾ ਕੇ ਉੱਠੀਦਾ ਸੀਗਾ। ਅਤੇ ਪਰ ਉੱਠਣਾ ਹੀ ਸਭ ਤੋਂ ਔਖਾ, ਉਦੋਂ ਬਾਅਦ ਨਹੀਂ ਕੋਈ ਚੱਕਰ। ਹੁਣ ਆਹ ਦੇਖ ਲਓ, ਤਾਂ ਚੜ੍ਹ ਗਏ ਸਾਈਕਲ 'ਤੇ, ਹੁਣ ਕੋਈ ਚੱਕਰ। ਅਤੇ ਅੱਜ ਤਾਂ ਧੁੰਦ ਪਈ ਹੋਈ ਆ, ਧੁੰਦ ਆ ਕਿ ਤਰੇਰ ਆ। ਅਤੇ ਚਲੋ ਜੀ, ਕਰਦੇ ਸ਼ੁਰੂ ਅੱਜ ਦਾ ਵਲੌਗ। ਅਤੇ ਰਾਤ ਮੈਨੂੰ ਦਿਲ ਖੁਸ਼ ਦਾ ਮੈਸੇਜ ਆਇਆ, ਦਿਲ ਖੁਸ਼ ਵੀ ਸਾਈਕਲ ਲਿਆ। ਮੈਂ ਕਿਹਾ ਚੱਲ ਵਧੀਆ ਯਾਰ, ਕਿਉਂਕਿ ਓਵਰਵੇਟ ਵੀ ਬੰਦਾ ਹੈ ਨਾ, ਉਹ ਤਾਂ ਕਈ ਦਿਨਾਂ ਤੋਂ ਲਾ ਰਿਹਾ ਸੀਗਾ, ਆਪਣਾ ਰਨਿੰਗ ਕਰ ਰਿਹਾ ਸੀਗਾ, ਅਤੇ ਸਾਈਕਲ ਲਿਆ। ਸਾਈਕਲ ਨਾਲ ਇਹ ਹੈ ਵੀ ਚੱਲ ਬੰਦਾ ਇੱਕ ਰਾਈਡ ਕੱਢ ਲੈਂਦਾ, ਅਤੇ ਉਹਦੇ ਨਾਲ ਹੀ ਬੰਦੇ ਦੀ ਐਕਸਰਸਾਈਜ਼ ਵੀ ਹੋ ਜਾਂਦੀ ਹੈ, ਅਤੇ ਸਪੈਸ਼ਲ ਨਹੀਂ ਕੁਛ ਕਰਨਾ ਪੈਂਦਾ। ਅਤੇ ਚਲੋ ਹੁਣ ਆਪਾਂ ਖਿੱਚੀਏ ਸਾਈਕਲ, ਪਾਈਏ 1-2 ਸਨੈਪਚੈਟ ਸਟੋਰੀਆਂ, ਤਾਂ ਕਿ ਹੋਰ ਵੀ ਮੋਟੀਵੇਟ ਹੋਣ ਬੰਦੇ, ਜਿਹੜੇ ਬੰਦੇ ਦੇਖਦੇ ਆਪਾਂ ਨੂੰ। ਅਤੇ ਚਲੋ ਜੀ, ਕਰਦੇ ਸ਼ੁਰੂ ਅੱਜ ਦਾ ਵਲੌਗ। ਬਈ ਆ ਸਵੇਰੇ ਸਵੇਰੇ ਜਿਹੜੀ ਗੁਰਦੁਆਰਿਆਂ, ਕਿਉਂਕਿ ਸੁੱਤੇ ਤਾਂ ਆਪਾਂ ਰਹਿ ਸਕਦੇ ਹਾਂ, ਸੌਂ ਤਾਂ ਆਪਾਂ ਦਿਨੇ ਵੀ ਸਕਦੇ ਹਾਂ ਨਾ, ਪਰ ਜਿਹੜਾ ਸਵੇਰੇ ਉੱਠ ਕੇ ਗੁਰਬਾਣੀ ਕਰਨਾ 'ਚ ਪੈਂਦੀ ਹੈ ਨਾ, ਇਹਦੇ ਨਾਲ ਦੀ ਜਿਹੜੀ ਆ, ਨਾ ਹੀ ਤਾਂ ਦੁਨੀਆ 'ਤੇ ਕਿਤੇ ਕੋਈ ਹੈਗੀ ਆ, ਹੈ ਨਾ, ਵੀ ਇਹ ਪੰਜਾਬ ਦੇ ਪਿੰਡਾਂ 'ਚ ਹੀ ਪੈਂਦੀ ਹੈ। ਪੰਜਾਬ ਦੇ ਪਿੰਡ ਹੀ ਆ ਜਿਹੜੇ, ਜਿੱਥੇ ਸਵੇਰੇ ਤੁਸੀਂ ਜਦੋਂ ਉੱਠੋਗੇ 4 ਵਜੇ ਤੋਂ ਲੈ ਕੇ 7 ਵਜੇ ਤੱਕ, ਤੁਹਾਨੂੰ ਪੰਛੀਆਂ ਦੀ ਅਤੇ ਗੁਰਦੁਆਰਿਆਂ 'ਚੋਂ ਗੁਰਬਾਣੀ, ਠੀਕ ਹੈ, ਅਤੇ ਆਵਾਜ਼ ਸੁਣੂੰਗੀ। ਸਾਹ ਬਹੁਤ ਚੜ੍ਹਦਾ ਬਈ, ਬਸ ਇਹੀ ਸਾਹ ਪਕਾਉਣਾ। ਵੈਸੇ ਮੈਂ ਆ ਗਿਆ 2 ਕਿਲੋਮੀਟਰ, ਇਹ ਜਿਹੜਾ ਆਪਣਾ ਰਸਤਾ ਜਿੰਨਾ ਕੁ ਮੈਂ ਕਰਦਾ ਹੁੰਦਾ, 6.5-6 ਕਿਲੋਮੀਟਰ ਬਣਦਾ ਅਪ ਡਾਊਨ, ਮਤਲਬ ਉੱਤੋਂ ਦੀ ਘੇਰਾ ਲਾ ਕੇ ਜਾਂਦੇ ਜਦੋਂ ਘਰ ਨੂੰ, ਅਤੇ ਵੈਸੇ ਇੰਨਾ ਕੁ ਬਹੁਤ ਆ ਘੇਰਾ, ਕਿਉਂਕਿ ਯਾਰ ਇੱਕੇਦਮ ਵੀ ਫਿਰ ਬਿਮਾਰ ਹੋ ਜਾਵਾਂਗੇ, ਕੋਈ ਫਾਇਦਾ ਨਹੀਂ ਗਾ। ਜਦੋਂ ਇਹ ਤਾਂ ਸਾਹ ਜਿਹਾ ਪੱਕ ਗਿਆ, ਫਿਰ ਆਪਾਂ ਵਧਾਵਾਂਗੇ ਆਪਣੀ ਜਿਹੜੀ ਆ ਵਾਟ। ਹਾਂ, ਸਾਡੇ ਕੋਈ ਬੰਦਾ ਆਰਮੀ 'ਚ ਸੀਗਾ ਇੱਥੇ, ਉਹਨੇ ਆ ਬਣਾਏ ਸੀਗੇ ਇੱਥੇ ਐਕਸਰਸਾਈਜ਼ ਕਰਾਉਣ ਨੂੰ, ਕਿਉਂਕਿ ਉਹ ਬੰਦੇ ਨੇ
ਬਹੁਤ ਜ਼ਿਆਦਾ ਮੁੰਡੇ ਸਾਡੇ ਪਿੰਡ ਦੇ ਕਰੀਬ 50 ਦੇ ਨੇੜ, 50 ਤੋਂ ਪਲੱਸ ਹੋਣਗੇ, ਘੱਟ ਨਹੀਂ ਹੋ ਸਕਦੇ। ਆਰਮੀ 'ਚ ਭਰਤੀ ਕਰਵਾ ਤੇ, ਮਤਲਬ ਇੱਦਾਂ ਤਿਆਰੀ ਕਰਵਾ ਕਰਵਾ ਕੇ। ਅਤੇ ਪਹਿਲਾਂ ਸਾਡੇ ਪਿੰਡ 'ਚ ਆਰਮੀ 'ਚ ਕੋਈ ਟਾਵਾਂ ਟੱਲਾ ਸੀਗਾ, ਪਹਿਲਾਂ ਸੀਗੇ ਅਤੇ ਸਾਡੇ ਰਿਟਾਇਰ ਹੋ ਗਏ ਸੀਗੇ, ਫਿਰ ਵਿੱਚ ਹੀ ਜਮ੍ਹਾਂ ਟਾਵਾਂ ਟੱਲਾ ਸੀਗਾ ਸਾਡੇ ਟਾਈਮ 'ਚ। ਸਾਥੋਂ ਬਾਅਦ ਵਾਲੇ ਜਾਂ ਸਾਡੇ ਨਾਲ ਦੇ ਜਿਹੜੇ ਆ ਅੱਜ ਤਾਂ ਬਾਹਰ ਬੂਹਰ ਚਲ ਗਏ, ਉਹ ਇਹ ਬਾਈ ਨੇ ਭਰਤੀ ਕਰਵਾਏ, ਮਤਲਬ ਇੱਦਾਂ ਤਿਆਰੀ ਲਵਾ ਲਵਾ ਕੇ। ਅਤੇ ਹੁਣ ਇਹ ਪੱਕਾ ਹੀ ਬਣਿਆ ਵਾ, ਇੱਥੇ ਬਹੁਤ ਸਾਰੇ ਜਿਹੜੇ ਆ ਸਵੇਰ ਵਾਲੀ ਐਕਸਰਸਾਈਜ਼ ਵਾਲੇ ਉਹ ਇੱਥੇ ਆਉਂਦੇ ਆ, ਇੱਥੇ ਲੌਂਕ ਲੌਂਕ ਕੇ ਕੋਈ ਲਾ ਕੇ ਆਪਦੀ ਐਕਸਰਸਾਈਜ਼ ਚਲ ਜਾਂਦੇ ਘਰ ਨੂੰ। ਓਹੋ ਹਾਂਜੀ, ਟੀ ਰੋਡ ਅਤੇ ਆ ਗਏ ਹੁਣ ਆਪਾਂ, ਬੜੀ ਇੱਧਰ ਆਉਂਦਾ ਹੁੰਦਾ, ਇੱਧਰੋਂ ਆਪਣੇ ਘਰ ਦਿੰਦੇ ਨਹੀਂ ਉਹਨੂੰ, ਫਿਰ ਇੱਧਰ ਗਵਾ 'ਚ ਜਾਂਦਾ। ਐਤਕੀ ਟੀ ਰੋਡ ਲੱਭਿਆ ਸੀਗਾ, ਹਵਾ ਛੱਡ ਗਾਂ ਜਾਂਦੀ ਰਾਮੇ ਨੇ ਪਿੰਡ ਨੂੰ, ਉਹ ਤਾਂ ਕੋਠੇ ਆ ਢਾਣੀ ਉਹਨਾਂ 'ਚੋਂ ਲੱਭਿਆ ਸੀਗਾ। ਚਲੋ ਅੱਜ ਤਾਂ ਇਕੱਲੇ ਹੀ ਰਹਿ ਗਏ ਯਾਰ, ਕੱਲ੍ਹ ਤਾਂ ਇੱਥੇ ਬੰਦੇ ਟੱਕਰ ਗਏ ਸੀ, ਪਤਾ ਨਹੀਂ ਮੈਂ ਲੇਟ ਹੋ ਗਿਆ ਤਾਂ ਕਰਕੇ। ਲਓ ਵੀ ਆ ਗਏ ਘਰਾਂ ਦੇ ਨੇੜੇ, ਅੱਜ ਬਾਪੂ ਚਲ ਗਿਆ ਘਰ ਨੂੰ, ਕੱਲ੍ਹ ਬਾਪੂ ਮੈਨੂੰ ਇੱਥੇ ਟੱਕਰਿਆ ਸੀ, ਕਿਉਂਕਿ ਆਪਾਂ 15 ਮਿੰਟ ਪਹਿਲਾਂ ਸੀ ਇੱਥੋਂ, ਅੱਜ 5-7 ਮਿੰਟ ਲੇਟ ਸੀ, ਫਿਰ 5-7 ਮਿੰਟ ਰਾਈਡ 'ਚ ਲੇਟ ਹੋ ਗਏ। ਓਹੋ ਕੀ ਹਾਲ ਆ, 5-7 ਮਿੰਟ ਰਾਈਡ 'ਚ ਲੇਟ ਹੋ ਗਏ, ਮਤਲਬ ਹੌਲੀ ਹੋ ਗਏ ਵਿੱਚ ਦੀ, ਘਰਾਂ ਕੋਲ ਆ ਕੇ ਮੈਂ ਜਮ੍ਹਾਂ ਹੌਲੀ ਹੋ ਗਿਆ ਸੀ, ਕਿਉਂਕਿ ਮੈਂ ਚੱਲ ਸਟੋਰੀਆਂ ਸਟਾਰੀਆਂ ਪਾ ਦੀਆਂ, ਸੂਰਜ ਚੜਿਆ ਹੈ ਨਾ, ਅਤੇ ਘਰਾਂ ਕੋਲ ਯਾਰ ਬਾਹਲੀ ਧੁੰਦ ਜੀ ਆ, ਅਪ੍ਰੈਲ ਜੀ ਹੁਮ ਉਹ ਆ, ਅਤੇ ਕਹਿ ਸਕਦੇ ਹਾਂ ਆਪਾਂ ਅਪ੍ਰੈਲ ਹੀ ਕਹਿ ਸਕਦੇ ਹਾਂ, ਧੁੰਦ ਤਾਂ ਨਹੀਂ ਕਹਿ ਸਕਦੇ। ਅਤੇ ਹੁਣ ਆਪਾਂ ਘਰ ਆ ਗਏ, ਅਤੇ ਹੁਣ ਇਹ ਤੋਂ ਬਾਅਦ ਮੇਰੀ ਰੂਟੀਨ ਹੁੰਦੀ ਆ ਨਹਾ ਕੇ ਪਾਠ ਕਰਨਾ, ਪਹਿਲਾਂ 10 ਮਿੰਟ ਲਵਾਂਗੇ ਸਾਹ, ਕਿਉਂਕਿ ਪਸੀਨਾ ਆ, ਅਤੇ ਪਾਣੀ ਪੂਣੀ ਪੀ ਕੇ। ਬਾਪੂ ਵਾਲਾ ਕਮਰਾ ਵੀ ਕਰਤਾ ਆਪਾਂ ਕਲੀਅਰ, ਇੱਥੇ ਜੋ ਤੋਰਾਂ ਨੇ ਬਸ ਆਹ ਤਕਦੀਰ ਦੀ ਕੁਰਸੀ ਹੋ ਗਈ, ਟੇਬਲ ਟੂਬਲ, ਕੁਰਸੀਆਂ ਜਾਂ ਮੰਜੇ, ਇਹੋ ਜਿਹਾ ਸਮਾਨ ਲੋਕਲ ਜਿਹਾ ਰੱਖਣਾ ਜਿਹੜਾ ਲੋਕਲ ਇੱਧਰਲਾ, ਅਤੇ ਮਾੜਾ ਮੋਟਾ ਬਸ ਵੀ ਇਹ ਚੱਲ ਕਮਰਾ ਖਾਲੀ ਜਿਹਾ ਰਹੇ ਯਾਰ। ਅਤੇ ਉੱਧਰ ਹੁਣ ਸਾਰਾ ਕੰਮ ਸੈਟਿੰਗ ਹੋ ਗਈ ਹੈ, ਬਸ ਇਕੱਲਾ ਉੱਧਰ ਝਾੜੂ ਝੂੜੂ ਮਰਾਦ ਗਏ ਅੱਜ, ਅਤੇ ਅੱਜ ਗੱਡੀ ਲਈ ਥਾਂ ਬਣਾ ਦੇਣਾ, ਕਿਉਂਕਿ ਹਜੇ ਮੈਂ ਤੁਹਾਨੂੰ ਸ਼ਾਮ ਤੱਕ ਦੱਸ ਦੂੰਗਾ ਵੀ ਆਪਾਂ ਕੱਲ੍ਹ ਨੂੰ ਗੱਡੀ ਲੈ ਕੇ ਆਉਣੀ ਆ ਕਿ ਨਹੀਂ, ਸ਼ਾਇਦ 100% ਜਿਹੜਾ ਆ ਵੀ ਕੱਲ੍ਹ ਨੂੰ ਹੈਗਾ, ਬਾਕੀ ਕੋਈ 1-2% ਕੀ ਆਖਣਾ ਵੀ ਹੋ ਜੇ ਪੋਸਟਪੋਨਡ, ਪਰ ਬੁੱਧਵਾਰ ਨੂੰ ਆਪਾਂ ਕੰਮ ਸੁੱਧ ਕਰ ਹੀ ਦੇਣਾ, ਅਤੇ ਚਲੋ ਦੇਖਦੇ ਹਾਂ ਕੱਲ੍ਹ ਨੂੰ ਕੀ ਬਣਦਾ। ਬਾਕੀ ਰੋਟੀਆਂ ਬਈ ਖਾ ਲਈਆਂ, ਰੋਟੀਆਂ ਖਾ ਖਾ ਲਈਆਂ ਲਈਆਂ, ਕਿਉਂਕਿ ਭੁੱਖ ਬਹੁਤ ਲੱਗਦੀ ਆ, ਪਤਾ ਸਾਈਕਲ ਚਲਾਉਣ ਨਾਲ ਭੁੱਖ ਲੱਗਦੀ ਹੈ, ਮੈਂ ਤਾਂ 2 ਘੰਟੇ ਹੋ ਗਏ ਜੀ ਭੁੱਖ ਲੱਗੀ ਪਈ ਨੂੰ, ਤਾਂ ਹੁਣ ਖਾਧੀਆਂ ਜਾ ਕੇ, ਕਿਉਂਕਿ ਮੈਂ ਹੁਣ ਦੁਪਹਿਰ ਦੀ ਰੋਟੀ ਛੱਡਤੀ ਜਮ੍ਹਾਂ, ਹੁਣ ਆਪਾਂ ਸਵੇਰ ਸ਼ਾਮ ਰੋਟੀ ਖਾਣੀ ਆ, ਫਾਸਟ ਫੂਡ ਬੰਦ, ਸੌਂ ਖਾ ਲਈ। ਲਓ ਵੀ ਆਪਣਾ ਜਿਹੜਾ ਆ ਗੈਰਜ ਤਾਂ ਸਾਫ਼ ਹੋ ਗਿਆ, ਅਤੇ ਸਾਰਾ ਸਮਾਨ ਪਹਿਲਾਂ ਹੀ ਰੱਖਿਆ ਹੋਇਆ ਸੀ, ਅਤੇ ਝਾੜੂ ਪੋਚਾ ਲਵਾ ਤਾ, ਅਤੇ ਇੱਧਰ ਬਾਪੂ ਦਾ ਬਣ ਗਿਆ ਸਿਸਟਮ ਆ, ਅਤੇ ਕਬਾੜ ਵਾਲਾ ਵੀ ਸੱਦ ਲਿਆ ਆਪਾਂ, ਪਿੰਡ ਟੱਕਰ ਗਿਆ। ਕਬਾੜ ਕੀ ਵੇਚ ਲਿਆ, ਪ੍ਰੈਸ ਚੱਲਣ ਨੂੰ ਹਟ ਗਈ, ਇੰਨਾ ਨਹੀਂ ਮਹਿੰਗਾ ਵੇਚਿਆ ਕਬਾੜ, ਰਸੋਈ ਦਾ ਸਮਾਨ ਵੀ ਨਹੀਂ ਆਉਣਾ। ਕਿਹੜੀ ਪਈ ਆ, ਪੁਰਾਣੀ ਤੇਰੇ ਕੋਲ ਕਿਹੜੀ ਕੜਾਈ ਪਈ ਆ, ਚੱਕ ਲਈ ਵੈਸੇ 20-50 ਰੁਪਈਆਂ ਦੀ ਚੀਜ਼ ਨਾਲ ਤਾਂ ਕੋਈ ਬਾਹਲਾ ਫਰਕ ਨਹੀਂ ਪੈਂਦਾ ਜੋ ਤੇ। ਲਓ ਜੀ 1:53 'ਤੇ ਆਪਾਂ ਚਾਲੇ ਪਾ ਤੇ ਜੈਤੋ ਨੂੰ, ਕਿਉਂਕਿ ਇੱਕ ਤਾਂ ਅਸੀਂ ਜਾਣਾ ਹੀ ਸੀਗਾ,
ਕੱਪੜੇ ਫੜਾਉਣ ਤੇ ਬਣਿਆ ਏ ਸਿਉਣੇ ਤੇ ਸੁਹਾਗਾ ਹੋ ਗਿਆ। ਪਹਿਲਾਂ ਸ਼ੀਸ਼ਾ ਸਾਫ਼ ਕਰ ਲਾ। ਗੈਰਜ ਆਪਣੀ ਸਾਫ਼ ਹੋ ਗਈ ਸੀਗੀ, ਤੁਹਾਨੂੰ ਪਹਿਲਾਂ ਦਿਖਾਈ ਹੈ ਨਾ। ਸ਼ਟਰ ਮੰਮੀ ਸ਼ਟਰ ਸਿੱਟੇ ਨਹੀਂ ਜਾਣਾ। ਕਮੈਂਟ ਭਾਈ ਤੇ ਬਸ ਹੁਣ ਇੱਕ ਜੋੜੀਆਂ ਰਹਿ ਗਈਆਂ ਰੰਗ ਹੋਣ ਤੋਂ ਤੇ ਇੱਕ ਸ਼ਟਰ ਰਹਿ ਗਿਆ ਰੰਗ ਹੋਣ ਤੋਂ। ਤੇ ਅੱਜ ਆਪਾਂ ਜਿਹੜਾ ਆ ਕਿਚਨ ਦਾ ਸਮਾਨ ਲੈ ਕੇ ਆਉਣਾ ਆ, ਕਿਚਨ ਲੈ ਅੰਦਰ ਅੰਦਰੋਂ ਲਾ ਤਾ ਕਿਚਨ ਦਾ ਸਮਾਨ ਲੈ ਕਿਚਨ ਦਾ ਸਮਾਨ ਜਿਹੜਾ ਆਪਾਂ ਲੈ ਕੇ ਆਉਣਾ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਕਿਹੜਾ ਕਿਹੜਾ ਲੈ ਕੇ ਆਉਣਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਆ ਜਿਹੜੀਆਂ ਆਪਾਂ ਨੂੰ ਨੀਡ ਹੈਗੀ ਆ ਆਪਣੇ ਘਰੇ ਨਹੀਂ ਹੈਗੀਆਂ। ਸੋ ਸੋਚਿਆ ਵੀ ਜਿਹੜੇ ਕਬਾੜ ਤੋਂ ਪੈਸੇ ਵੱਟੇ ਆ ਉਹਨਾਂ ਦੀਆਂ ਕਿਉਂ ਨਾ ਚੀਜ਼ਾਂ ਲੈ ਆਈਏ ਰਸੋਈ ਲਈ, ਕਿਉਂਕਿ ਉਹ ਵੀ ਲੱਗੇ ਜਾਣੇ ਇੱਧਰ ਉੱਧਰ, ਪੈਸਾ ਤਾਂ ਨਹੀਂ ਖੜਦਾ ਬਈ। ਹਾਂ ਤੇ ਉਹ ਚੀਜ਼ਾਂ ਤਾਂ ਲਿਆਉਣੀਆਂ ਹੀ ਸੀ ਫਿਰ, ਤੇ ਚਲੋ ਕੋਈ ਨਹੀਂ ਕੋਈ ਵਿੱਚੋਂ ਹੈਲਪ ਹੋ ਜੂਗੀ ਹਨਾ। ਤੇ ਜੇ ਕਬਾੜ ਗਿਆ ਅੱਜ ਨਾ ਆਉਂਦਾ ਫਿਰ ਸਾਡਾ ਪਲਾਨ ਹਜੇ ਨਾ ਬਣਦਾ। ਕਬਾੜੀਆ ਵੈਸੇ ਮੈਂ ਪਿੰਡ ਕਹਿ ਕੇ ਆਇਆ ਸੀ ਜਿਹਨੂੰ ਸਵੇਰੇ, ਉਹ ਆਇਆ ਨਹੀਂ ਸੀਗਾ। ਤੇ ਇਹ ਤਾਂ ਕੋਈ ਗੋਨੇ ਵਾਲੇ ਮੰਡੀ ਤੋਂ ਫਿਰਦਾ ਹੀ ਮੈਨੂੰ ਪਿੰਡ ਟੱਕਰ ਗਿਆ। ਮੈਂ ਕਿਹਾ ਰਾਜਾ, ਮੈਂ ਕਿਹਾ ਵੱਟੀਏ ਪੈਸੇ ਨਾਲ ਦੀ ਨਾਲ ਹਨਾ, ਨਾਲੇ ਮੈਂ ਕਹਿੰਦੀ ਮੈਂ ਕਹਿੰਦਾ ਸੀ ਇਹਦੇ ਤੋਂ ਕੋਈ ਸਮਾਨ ਲੈਣਾ, ਮੈਂ ਕਿਹਾ ਨਹੀਂ ਉਹ ਤਾਂ ਸਮਾਨ ਦੀ ਨੀਡ ਨਹੀਂ ਹੈਗੀ, ਜਿਹੜਾ ਸਮਾਨ ਲਿਆਉਣਾ ਆਪਾਂ ਜੈਤੋ ਤੋਂ ਜਿੱਥੋਂ ਆਪਾਂ ਭਾਂਡੇ ਲਿਆਈਦੇ ਹੀ ਆ, ਕੱਪ ਮਤਲਬ ਜਿਹੜੇ ਗਲਾਸ ਵਗੈਰਾ ਸੀਗੇ ਉਹ ਤਾਂ ਪਿਛਲੇ ਸਾਲ ਦੀਵਾਲੀ ਤੇ ਲਿਆਂਦੇ ਸੀਗੇ ਅਸੀਂ, ਕੱਪ ਲਿਆਂਦੇ ਸੀ 5 ਤੇ 12 ਗਲਾਸ ਸੀ ਤੇ 6 ਸੀਗੀਆਂ ਮੈਨੂੰ ਲੱਗਦਾ ਕੌਲੀਆਂ। ਤੇ ਜਿਹੜਾ ਆਪਣਾ ਸਮਾਨ ਰਹਿ ਗਿਆ ਉਹ ਹੁਣ ਅੱਜ ਆਪਾਂ ਲੈ ਆਉਣਾ ਆ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਅੱਜ ਕੀ ਸ਼ੋਪਿੰਗ ਕੀਤੀ ਆ, ਕਿਉਂਕਿ ਹੁਣ ਦੀਦੀ ਹੁਣਾਂ ਨੇ ਆ ਜਾਣਾ ਆ ਤੇ ਵਿਆਹ ਵੀ ਆ, ਸੋ ਉਹਦੇ ਵਿੱਚ ਜਿਹੜੀਆਂ ਆਪਾਂ ਨੂੰ ਉਹ ਚੀਜ਼ਾਂ ਜ਼ਰੂਰਤ ਆ। ਸੋ ਹੁਣ ਆਪਾਂ ਚੱਲੇ ਆ ਜੈ ਤੋਂ ਪਹਿਲਾਂ ਆਪਾਂ ਆਉਂਦੇ ਹੋਏ ਖੜਾਂਗੇ ਯਾਰ। ਹਾਂ ਆਉਂਦੇ ਹੋਏ ਖੜਾ। ਜੇ ਅਸੀਂ ਗੋਨਿਆਂ ਨੇ ਜਾਂਦੇ ਹਾਂ ਤਾਂ ਸਾਨੂੰ ਅੱਧੀ ਦਿਹਾੜੀ ਪੱਕੀ ਹੁੰਦੀ ਆ, ਜੈਤੋਂ ਜਾਂਦੇ ਹਾਂ ਤਾਂ ਅਸੀਂ ਡੂਢ ਘੰਟੇ 'ਚ ਹੱਦ 2 ਘੰਟਿਆਂ 'ਚ ਘਰ ਨੂੰ ਵਾਪਸ ਮੁੜ ਪੈਂਦੇ, ਪਤਾ ਨਹੀਂ ਕੀ ਗੱਲ ਹੈ ਹਨਾ ਜੀ ਉਹ ਤਾਂ। ਅਤੇ ਬਈ ਅਸੀਂ ਗਏ ਜਾਂਦਿਆਂ ਤਕਦੀਰ ਗਈ ਸੌਂ, ਫਿਰ ਮੈਂ ਤਕਦੀਰ ਨੂੰ ਫੜ ਕੇ ਗੱਡੀ 'ਚ ਬੈਠਾ ਰਿਹਾ, ਜੋਤ ਭੱਜ ਕੇ ਜਾ ਕੇ ਰਸੋਈ ਦਾ ਸਮਾਨ ਲਿਆਈ ਖਰੀਦ ਤੋਂ ਫਿਰ ਉੱਤ, ਉਦੋਂ ਬਾਅਦ ਅਸੀਂ ਜਿਹੜਾ ਕੁਛ ਹੋਰ ਲੈਣਾ ਸੀ ਉਹ ਲੈ ਕੇ ਅਤੇ ਮਿੰਟੋ ਮਿੰਟੀ ਅਸੀਂ ਵਾਪਸ ਆ ਗਏ। ਹੁਣ ਅਸੀਂ ਘਰ ਨੂੰ ਚੱਲੇ ਬਸ ਕੱਪੜੇ ਫੜਾ ਕੇ, ਤੇ ਘਰੇ ਜਾ ਕੇ ਤੁਹਾਨੂੰ ਦਿਖਾਉਣੇ ਆ ਵੀ ਕੀ ਲਿਆਂਦਾ ਜੋਤ ਨੇ ਰਸੋਈ ਵਾਸਤੇ। ਬੜੀ ਮਨ ਦਾ ਤਾੜਿਆ ਇਹਦਾ ਟਿਕਦਾ ਹੀ ਨਹੀਂ ਆ ਇੱਥੇ ਸਾਰੇ ਤੁਹਾਡੇ ਕਮਰੇ 'ਚ ਦਿੱਤਾ ਪੈਂਦੇ। ਮੈਂ ਤਾਂ ਸੌਂ ਪਈ ਜੀ ਸੀ ਕਿ ਸੌਂ ਨਹੀਂ ਜਾ ਵੀ ਕਿ ਚੱਕਾ ਟਰੀਆਂ ਚੀਨੀ ਦੀ ਹੈ ਇਹ ਤਾਂ ਬਚਾ ਕੇ ਰੱਖਣੀ ਪਿਆ ਕਰੋ ਨਾ। ਗਲਾਸ ਤੇਰੇ ਕੰਮ ਦਾ ਕੁਛ ਨੀ ਪੁੱਤੇ ਚ ਕੋਕ ਵਾਲੇ ਆਇਆ 30 ਰੁਪਈਆਂ ਦੇ। ਇੱਕ 2 3 4 5 7 ਜੱਗ ਇਹ ਤਾਂ ਇਕੱਠਾ ਹੀ ਹੈ। ਹੈ 5 ਛੇ ਤੇ 7 8 ਪੂਰਾ ਹੀ ਆ।
ਆ ਲਿਆਂਦਾ ਡਰਾਈ ਫਰੂਟ ਪਾਉਣ ਵਾਲੇ, ਆ ਕੱਪ ਲਿਆਂਦੇ 12। ਲਓ ਵੀ ਆਪਾਂ ਨਾ, ਮੈਂ ਤੁਹਾਨੂੰ ਦੱਸਦਾ ਗੱਲ ਕੀ ਬਣੀ। ਮੇਰਾ ਮਨ ਕਰਿਆ ਵੀ ਯਾਰ ਰੋੜੀ ਕੁੱਟ ਲਿਆਈਏ, ਫਿਰ ਬਸ ਜੇ ਇੱਥੋਂ ਤੋਂ ਮਾਰਿਆ ਸੌਦਾ, ਰੋੜੀ ਕੁੱਟ ਛੱਡ ਗਏ ਅਗਲੇ ਬਾਰ 'ਚ। ਕੱਲ੍ਹ ਤੋਂ ਆਪਾਂ ਸੜਕ ਬਣਾਉਣ ਜਾਇਆ ਕਰਨੀ ਆ। ਅਸਲ ਦੇ ਵਿੱਚ ਨਾ ਅਸੀਂ ਜੇਤੋਂ ਗਏ ਸੀ ਅਤੇ ਉਦੋਂ ਮਗਰੋਂ ਕੋਈ ਰੋੜੀ ਕੁੱਟ ਛੱਡ ਗਿਆ, ਕੋਈ ਕੀ ਸੜਕ ਬਣਨੀ ਹੈ ਵੈਸੇ ਆਪਣੀ, ਚਲੋ ਵਧੀਆ ਗੱਲ ਆ ਯਾਰ, ਅਤੇ ਉਹਦੇ ਕਰਕੇ ਰੋੜੀ ਕੁੱਟ ਛੱਡ ਕੇ ਗਏ ਆ। ਆਦੇ ਦਾ ਚਾਰ ਪਾ ਰਹੇ ਪੈ ਰਿਹਾ ਇੱਥੇ ਗਰਮੀ ਦੇ ਵਿੱਚ, ਅੱਜ ਲਿਆਂਦਾ ਹੀ ਪਾਈਆ ਆਪਦਾ, ਪਾਈਆ ਬਹੁਤ ਕੁਛ ਰੱਖ ਲੈਣਾ ਸੀ ਸਬਜ਼ੀ ਸੁਬਜ਼ੀ ਵਾਸਤੇ, ਅਤੇ ਮਿਰਚਾਂ ਲਿਆਂਦੀਆਂ ਜੈਤੋਂ ਤੋਂ ਚਾਰ ਵਾਲੀਆਂ ਵੱਡੀਆਂ, ਆਹ ਵਾਲੀਆਂ ਇਹ ਸਵਾਦ ਬਹੁਤ ਬਣਨੀਆਂ ਨਾਲ ਔਲੇ। ਸੋ ਕੁੱਲ ਮਿਲਾ ਕੇ ਜੋ ਤਾਂ ਨਹੀਂ ਮੈਂ ਚੱਲ ਪਾ ਦਈਏ, ਅਤੇ ਕਿਉਂਕਿ ਆਪਾਂ ਕੱਲ੍ਹ ਨੂੰ ਹੋਣਾ ਨਹੀਂ ਇੱਥੇ, ਅਤੇ ਕੱਲ੍ਹ ਨੂੰ ਜਿਹੜਾ ਆ ਆਪਣਾ ਗੱਡੀ ਦਾ ਹੋ ਗਿਆ ਫਾਈਨਲ ਡਿਲੀਵਰੀ ਦਾ, ਅਤੇ ਕੱਲ੍ਹ ਨੂੰ ਪਾ ਸ਼ਾਇਦ ਗੱਡੀ ਸ਼ਾਮ ਤੱਕ ਲੈ ਆਈਏ, ਬਾਕੀ ਕੱਲ੍ਹ ਵਾਲੇ ਵਲੋਗ 'ਚ ਪਤਾ ਲੱਗੂਗਾ। ਆਤਾ ਵਿੱਚ ਮਿਰਚਾਂ ਪਾਤੀਆਂ, ਵਿੱਚ ਪਾਤਾ ਅਦਰਕ, ਉੱਤੋਂ ਪਾ ਦੇਣੇ ਔਲੇ ਰੋਸਟ ਕਰਕੇ, ਅਤੇ ਚਾਰ ਬਣ ਜਾਊ ਘੈਂਟ। ਬਸ ਤੇਲ ਰੱਖਣਾ ਇਹ 'ਚ, ਤੇਲ ਹੈਗਾ ਕਿੰਨਾ ਕੁ, ਕਿਉਂਕਿ ਤੇਲ ਬਿਨਾਂ ਇਹ ਖਰਾਬ ਹੋ ਜਾਂਦੇ ਆ। ਉੱਤੋਂ ਢੱਕਣ ਲਾ ਕੇ ਹਿਲਾ ਦੇ, ਤੇਲ ਦੇਖ ਲਾ, ਤੇਲ ਮੈਨੂੰ ਤਾਂ ਦਿੰਦਾ ਨੀਗਾ, ਰੱਖੇਗੀ ਤਾਂ ਪਤਾ ਲੱਗੂਗਾ। ਚਕੇਰਾ ਬਹੁਤ ਆ ਫਿਰ ਹਜੇ, ਇੱਕੇ ਦਮ ਨਾ ਪਾ, ਇਹ ਤਾਂ ਮੈਂ ਥੋੜ੍ਹਾ ਜਿਹਾ ਗਰਮ ਕਰਕੇ ਠੰਡਾ ਕਰਕੇ ਫਿਰ ਪਾਇਆ, ਕੱਚਾ ਨਹੀਂ ਪਾਇਆ। ਬਸ ਠੀਕ ਹੈ, ਪਤਾ ਨਹੀਂ ਹੁਣ ਕਿਹੋ ਜਿਹੀ ਨਾ ਬਣ, ਬਸ ਇਹਨੂੰ ਹਿਲਾ ਦਿਆ ਕਰੋ, ਇਹਦੇ 'ਚ ਚਮਚਾ ਨਹੀਂ ਇੱਕ ਤਾਂ ਰੱਖਣਾ, ਚਲੋ ਨਹੀਂ ਰੱਖਦੇ ਜੀ। ਲਓ ਜੀ ਤੁਹਾਡਾ ਚਾਰ, ਇਹਨੂੰ ਰੱਖ ਲਿਓ ਉਹਦੇ 'ਚ ਜਾਲੀ ਦੇ ਵਿੱਚ। ਵੀ ਮੇਰੀ ਮੰਮੀ ਦੀ ਸਪੈਸ਼ਲ ਡਿਮਾਂਡ ਆਈ ਸੀ ਕਿ ਤਕਦੀਰ ਨੂੰ ਵਲੌਗ 'ਚ ਵੱਧ ਦਿਖਾਇਆ ਕਰੋ ਜਦੋਂ ਸ਼ਰਾਰਤਾਂ ਕਰਦੀ ਹੁੰਦੀ ਆ, ਸੋ ਮੰਮੀ ਦੀ ਫਰਮਾਇਸ਼ 'ਤੇ ਹੁਣ ਤਕਦੀਰ ਦਾ ਆਪਾਂ 2 ਮਿੰਟਾਂ ਦਾ ਕਲਿੱਪ ਪਾਉਣਾ ਇਹਦੇ 'ਚ। ਕੌਣ ਕੌਣ ਚਾਹੁੰਦਾ ਵੀ ਤਕਦੀਰ ਨੂੰ ਵੱਧ ਦਿਖਾਇਆ ਕਰੀਏ ਵਲੌਗ 'ਚ, ਕਮੈਂਟ ਕਰਕੇ ਜ਼ਰੂਰ ਦੱਸਿਓ। ਹੁਣ ਮਹਿਕਦੀਪ ਦੀ ਖੈਰ ਨੀ, ਮਹਿਕਦੀਪ ਦੀ ਖੈਰ ਨੀ ਹੁਣ, ਓਏ ਹੋਏ ਗੁੱਸੇ ਹੋ ਗਈ ਸੀ ਪਾਪਾ ਨਾਲ, ਪਾਪਾ ਨਹੀਂ ਜਾਂਦੇ ਸੀ ਨਾਲ, ਚੱਲ ਕੋਈ ਨੀ। ਅੱਜ ਮੈਂ ਤੜਕੇ ਰੀਲ ਵੇਖਦਾ ਸੀਗਾ ਇੱਕ, ਉਹ ਬਾਈ ਵਿਚਾਰਾ ਫਿਲਮ 'ਚ ਵੀ ਆਇਆ ਹੁੰਦਾ, ਅਤੇ ਉਹ ਕਹਿੰਦਾ ਬੱਚਿਆਂ ਨਾਲ ਜ਼ਰੂਰੀ ਨਹੀਂ ਵੀ ਦਿਨ ਹੀ ਔਖਾ ਲੰਘਦਾ, ਬੱਚਿਆਂ ਨਾਲ ਰਾਤ ਵੀ ਬਹੁਤ ਔਖੀ ਲੰਘਦੀ ਹੈ। ਕਹਿੰਦਾ ਕਹਿੰਦਾ ਐਂ ਨਹੀਂ ਪਤਾ ਰਾਤ ਨੂੰ ਤੁਹਾਡੇ ਸੁੱਤੇ ਪਿਆਂ ਦੇ ਮੂੰਹ 'ਤੇ ਕਹਿੰਦਾ ਕਿੱਧਰ ਲੱਤ ਮਾਰਨੀ ਹੈ,
ਕਿਧਰੋਂ ਹੱਥ ਮਾਰਨਾ ਬਾਕੀ ਸਾਡੀ ਕੋਸ਼ਿਸ਼ ਪੂਰੀ ਆ, ਬਾਕੀ ਕੱਲ ਦਾ ਦਿਨ ਚੜੇ ਤੋਂ ਪਤਾ ਲੱਗੂਗਾ ਕੀ ਬਣਦਾ। ਤੇ ਅਗਲੇ ਵਲੌਗ ਲਈ ਇੰਤਜ਼ਾਰ ਕਰਿਓ ਤੇ ਮਿਲਦੇ ਹਾਂ ਆਪਾਂ ਨਵੇਂ ਵਲੌਗ ਦੇ ਨਾਲ। ਹੋਰ ਤਾਂ ਕੁਛ ਨਹੀਂ ਸੀ, ਅੱਜ ਗਰਮੀ ਬਹੁਤ ਸੀਗੀ ਤੇ ਜੋ ਤੁਹਾਨੂੰ ਅਚਾਰ ਪਾਉਣਾ ਪੈ ਗਿਆ, ਸੋ ਇਸ ਕਰਕੇ ਹੁਣ ਤੇ ਚਲੋ ਜੀ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ, ਬਾਏ ਬਾਏ।